ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪਿਛਲੇ ਕਈ ਦਿਨਾਂ ਤੋਂ ਸਿੱਧੂ ਮੂਸੇਵਾਲੇ ਤੇ ਬੱਬੂ ਮਾਨ ਦਾ ਮੁੱਦਾ ਕਾਫੀ ਭਗਿਆ ਰਿਹਾ ਹੈ, ਜਿਸ ਮਾਮਲੇ ਵਿੱਚ ਕਈ ਵਿਰੋਧ ਕਰਨ ਵਾਲਿਆਂ ਵੱਲੋਂ ਇੱਕ ਅਫਵਾਹ ਬਣਾ ਕੇ ਕਿਹਾ ਜਾ ਰਿਹਾ ਹੈ ਕਿ ਔਖੇ ਟਾਈਮ ਤੇ ਸਿੱਧੂ ਮੂਸੇਵਾਲੇ ਦੀ ਸਪੋਰਟ ਕਰਨ ਵਾਲੇ ਸਾਰੇ ਪੰਜਾਬੀ ਗਾਇਕ ਉਸਦਾ ਸਾਥ ਛੱਡ ਗਏ ਹਨ ਅਤੇ ਸਾਰੇ ਪੰਜਾਬੀ ਗਾਇਕਾਂ ਨੇ ਸਿੱਧੂ ਮੂਸੇਵਾਲੇ ਨੂੰ ਇੰਸਟਾਗ੍ਰਾਮ ਉੱਤੋਂ ਅਨਫੋਲੋ ਕਰ ਦਿੱਤਾ ਹੈ। ਪਰ ਜਦੋਂ ਇਸ ਸਭ ਬਾਰੇ ਸਾਡੀ ਟੀਮ ਵੱਲੋਂ ਜਾਂਚ ਪੜਤਾਲ ਕੀਤੀ ਗਈ ਤਾਂ ਇਹ ਇੱਕ ਝੂਠੀ ਅਫਵਾਹ ਨਿਕਲੀ। ਦਰਅਸਲ ਜਿਹੜੇ ਗਾਇਕ ਸਿੱਧੂ ਨੂੰ ਹੁਣ ਫੋਲੋ ਨਹੀਂ ਕਰ ਰਹੇ ਹਨ ਉਹ ਪਹਿਲਾਂ ਵੀ ਸਿੱਧੂ ਨੂੰ ਫੋਲੋ ਨਹੀਂ ਕਰਦੇ ਸੀ ਤੇ ਜਿਹੜੇ ਗਾਇਕ ਸਿੱਧੂ ਨੂੰ ਪਹਿਲਾਂ ਫੋਲੋ ਕਰਦੇ ਸੀ ਉਹ ਸਾਰੇ ਅੱਜ ਵੀ ਉਸ ਨੂੰ ਫੋਲੋ ਕਰ ਰਹੇ ਹਨ। ਉਹਨਾਂ ਵਿੱਚੋਂ ਕੁਝ ਸਿੰਗਰਾਂ ਦੇ ਨਾਮ ਅਸੀਂ ਤੁਹਾਡੇ ਨਾਲ ਸਾਂਝਾ ਕਰੀਏ ਤਾਂ ਐਮੀ ਵਿਰਕ, ਸੋਨਮ ਬਾਜਵਾ, ਜੋਰਡਨ ਸੰਧੂ, ਜੱਸੀ ਗਿੱਲ, ਰੈਪਰ ਬਾਦਸ਼ਾਹ, ਹਿੰਮਤ ਸੰਧੂ, ਰਾਜਵੀਰ ਜਵੰਦਾ, ਗਰਜ ਸਿੱਧੂ, ਭਾਨਾ ਸਿੱਧੂ, ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਤੇ ਹਾਲੀਵੁੱਡ ਦੇ ਮਸ਼ਹੂਰ ਸਿੰਗਰ ਡਰੇਕ। ਇਸ ਤੋਂ ਇਲਾਵਾ ਹੋਰ ਵੀ ਕਈ ਅਦਾਕਾਰ ਹਨ ਜਿਨ੍ਹਾਂ ਦਾ ਨਾਮ ਅਸੀਂ ਲੈਣ ਲੱਗ ਜਾਈਏ ਤਾਂ ਇਹ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਵੇਗੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਉਹ ਇਸ ਅਫਵਾਹ ਦਾ ਸਭ ਨੂੰ ਪਤਾ ਲੱਗ ਸਕੇ। ਇਸ ਮਾਮਲੇ ਵਿੱਚ ਦੂਜੀ ਸਭ ਤੋਂ ਵੱਡੀ ਅਪਡੇਟ ਇਹ ਹੈ ਕਿ ਕਿਸੇ ਦਿਨ ਸਿੱਧੂ ਮੂਸੇਵਾਲੇ ਦੇ ਨਾਲ ਰਹਿਣ ਵਾਲੇ ਰੈਪਰ ਸਨੀ ਮਾਲਟਨ ਵੱਲੋਂ ਅੱਜ ਸਵੇਰ ਬੱਬੂ ਮਾਨ ਦੇ ਸੈਡ ਸੌਂਗ ਲਾ ਸਮਾਈਲ ਕੀਤੀ ਗਈ। ਸ਼ਾਇਦ ਇਸ ਵਿੱਚ ਸਨੀ ਮਾਲਟਨ ਇਹ ਦਿਖਾਉਣਾ ਚਾਹੁੰਦੇ ਸੀ ਕਿ ਉਹ ਬਹੁਤ ਖੁਸ਼ ਹਨ ਅਤੇ ਇਸ ਮਾਮਲੇ ਵਿੱਚ ਉਹ ਬੱਬੂ ਮਾਨ ਦੀ ਸਪੋਰਟ ਵਿੱਚ ਹਨ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਉਸ ਵੀਡੀਓ ਦੀ ਇੱਕ ਛੋਟੀ ਜਿਹੀ ਝਲਕ। ਜੇਕਰ ਇਸ ਵੀਡੀਓ ਵਿਚਲੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਅਤੇ ਚੱਲ ਰਹੀ ਇਸ ਕੰਟਰੋਵਰਸੀ ਬਾਰੇ ਤੁਹਾਡਾ ਕੀ ਵਿਚਾਰ ਹੈ ਅਤੇ ਤੁਸੀਂ ਕਿਸ ਦੀ ਸਪੋਰਟ ਵਿੱਚ ਹੋ ਆਪਣੇ ਕਮੈਂਟ ਕਰ ਜ਼ਰੂਰ ਦੱਸਣਾ। ਇਸ ਦੇ ਨਾਲ ਇਸ ਵੀਡੀਓ ਵਿੱਚ ਇੰਨਾ ਹੀ, ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ। ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਪੰਜਾਬੀ ਇੰਡਸਟਰੀ ਨਾਲ ਜੁੜੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ। ਧੰਨਵਾਦ।